ਤਸਵੀਰਾਂ 'ਚ ਨਜ਼ਰ ਆ ਰਹੇ ਇਹ ਵਿਅਕਤੀ ਇੱਕੋ ਬਾਜ਼ਾਰ ਦੇ ਦੁਕਾਨਦਾਰ ਨੇ ਜੋ ਆਪਸ ਦੇ ਵਿੱਚ ਗੁੱਥਮ ਗੁੱਥੀ ਹੁੰਦੇ ਨਜ਼ਰ ਆਏ ਨੇ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ। ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇੱਕ ਦੁਕਾਨਦਾਰ ਨੂੰ ਦੂਜੇ ਦੁਕਾਨਦਾਰਾਂ ਵੱਲੋਂ ਜ਼ਮੀਨ ਤੇ ਡੇਗ ਕੇ ਘਸੁੰਨ ਮੁੱਕੇ ਚਲਾਏ ਜਾ ਰਹੇ ਨੇ। ਦਰਅਸਲ ਮਾਮਲਾ ਇੱਕ ਆਟਾ ਚੱਕੀ ਦੀ ਦੁਕਾਨ ਦਾ ਹੈ, ਕਿਉਂਕਿ ਆਟਾ ਚੱਕੀ ਦੀ ਦੁਕਾਨ ਦਾ ਆਟਾ ਉੱਡਦਾ ਰਹਿੰਦਾ ਸੀ, ਜਿਸ ਕਾਰਨ ਨਾਲ ਵਾਲੇ ਦੁਕਾਨਦਾਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਅਤੇ ਉਹਨਾਂ ਨੇ ਦੁਕਾਨ ਮਾਲਕ ਨੂੰ ਪਰਦਾ ਲਗਾਉਣ ਦੀ ਮੰਗ ਕੀਤੀ। ਪਰ ਪਰਦਾ ਨਾ ਲਗਾ ਕੇ ਦੁਕਾਨ ਮਾਲਕ ਨੇ ਦੂਜੇ ਦੁਕਾਨਦਾਰਾਂ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਇਹ ਕੁੱਟਮਾਰ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ। ਫਾਜ਼ਿਲਕਾ ਦੀ ਘਾਸ ਮੰਡੀ ਦੇ ਵਿੱਚ ਆਟਾ ਚੱਕੀ ਦੀ ਦੁਕਾਨ ਦੇ ਬਾਹਰ ਪਰਦਾ ਲਗਾਉਣ ਨੂੰ ਲੈ ਕੇ ਇਹ ਵਿਵਾਦ ਹੋਇਆ। ਇਸ ਦੌਰਾਨ ਦੁਕਾਨ ਮਾਲਕ ਆਪਸ ਦੇ ਵਿੱਚ ਭਿੜ ਗਏ। ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ, ਜੋ ਹੁਣ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਇਸ ਮੌਕੇ ਦੁਕਾਨ ਮਾਲਕਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਬਾਜ਼ਾਰ ਦੇ ਵਿੱਚ ਇੱਕ ਫਰਟੀਲਾਈਜ਼ਰ ਦੀ ਦੁਕਾਨ ਹੈ ਤੇ ਨਾਲ ਹੀ ਇੱਕ ਵਿਅਕਤੀ ਦੀ ਆਟਾ ਚੱਕੀ ਦੀ ਦੁਕਾਨ ਹੈ, ਜਿੱਥੇ ਸਾਰਾ ਦਿਨ ਆਟਾ ਉੱਟ ਕੇ ਉਹਨਾਂ ਦੀ ਦੁਕਾਨਾਂ ਤੇ ਆਉਂਦਾ ਰਹਿੰਦਾ। ਇਸ ਲਈ ਉਹਨਾਂ ਨੇ ਕਈ ਵਾਰ ਨਾਲ ਵਾਲੇ ਦੁਕਾਨਦਾਰ ਨੂੰ ਆਟਾ ਚੱਕੀ ਦੀ ਦੁਕਾਨ ਦੇ ਬਾਹਰ ਪਰਦਾ ਲਗਾਉਣ ਲਈ ਕਹਿ ਦਿੱਤਾ ਤਾਂ ਕਿ ਆਟਾ ਉਹਨਾਂ ਦੀ ਦੁਕਾਨ ਦੇ ਵਿੱਚ ਉੱਡ ਕੇ ਨਾ ਆਵੇ। ਪਰ ਆਟਾ ਚੱਕੀ ਦੇ ਦੁਕਾਨਦਾਰ ਨੇ ਪਰਦਾ ਨਹੀਂ ਲਗਾਇਆ ਅਤੇ ਜਦੋਂ ਦੁਕਾਨ ਮਾਲਕ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਟਾ ਚੱਕੀ ਦੇ ਮਾਲਕ ਦੇ ਨਾਲ ਗੱਲ ਕਰਨੀ ਚਾਹੀ ਤਾਂ ਵਿਵਾਦ ਵੱਧ ਗਿਆ। ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ। ਦੁਕਾਨ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਘਟਨਾ ਕੈਦ ਹੋ ਗਈ। ਉਧਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਵੇਂ ਪੱਖਾਂ ਦੀ ਗੱਲਬਾਤ ਸੁਣ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਮੰਡੀ 'ਚ ਜਿਹੜਾ ਰੋਜ਼ ਆਟਾ ਇਹਨਾਂ ਦਾ ਉੱਡਦਾ ਸੀ, ਕੋਈ ਮਿੱਟੀ ਘੱਟਾ ਇਸ ਤਰ੍ਹਾਂ ਰੋਜ਼ ਉੱਡਦਾ, ਨਾਲੇ ਪੱਖਾ ਇਹ ਬਾਹਰ ਲਾਉਂਦੇ ਨੇ, ਜਿਹੜਾ ਮਿੱਟੀ ਘੱਟਾ ਸਾਰੀ ਮੰਡੀ 'ਚ ਫੈਲਦਾ ਹੈ। ਮੈਂ ਜਦੋਂ ਰੋਲਾ ਦੇਖਿਆ ਵੀ ਪੜੋਸੀਆਂ ਦਾ ਰੋਲਾ ਹੈਗਾ ਅਤੇ ਮੈਂ ਕਿਹਾ ਵੀ ਚਲੋ ਬੈਠ ਕੇ ਆਪਾਂ ਫਿਰ ਗੱਲ ਕਰ ਦਿੰਦੇ ਹਾਂ, ਸਮਝਾ ਦਿੰਦੇ ਹਾਂ ਵੀ ਪੜੋਸ ਮੱਥੇ ਰੋਜ਼ ਦਾ ਕਾਹਦਾ ਝਗੜਾ ਵਾ। ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦਾ ਵੀ ਇਹ ਤਾਂ ਕਰੇਗਾ, ਤੂੰ ਕੌਣ ਹੁੰਦਾ ਹੈ। ਮੈਂ ਕਿਹਾ ਯਾਰ ਮੈਂ ਤਾਂ ਸਮਝਾਉਣ ਆਇਆ, ਮੈਂ ਫਿਰ ਵੀ ਦੂਜੀ ਪਾਰਟੀ ਨੂੰ ਜਿਹਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਉਹਨਾਂ ਨੂੰ ਕਿਹਾ ਮੈਂ ਯਾਰ ਤੁਸੀਂ ਲਾ ਲਓ ਰਿਫਲੈਕਸ ਜਾਂ ਇਹਨੂੰ ਸੀਟ ਸ਼ੂਟ ਲਾ ਲਓ, ਇਹਨੂੰ ਬੰਦ ਕਰ ਲਓ, ਤੁਸੀਂ ਕਰ ਲਓ। ਉਹ ਫਿਰ ਮੇਰੇ ਹੀ ਗੱਲ ਪੈਣ ਲੱਗਿਆ, ਉਲਟਾ ਮੈਨੂੰ ਹੀ ਧੱਕਾ ਦਿੱਤਾ ਗਿਆ, ਮੈਨੂੰ ਮਾਰ ਕੁਟਾਈ ਕਿਤੇ। ਦੂਜਾ ਸੌਰਵ ਗੋਇਲ ਜਿਹੜਾ ਹੈਗਾ ਉਹ ਮੈਨੂੰ ਪਿੱਛੋਂ ਪਕੜਿਆ, ਮੇਰੇ ਅੱਖ 'ਤੇ ਵੀ ਬਕਾਇਦਾ ਉਹਨਾਂ ਨੇ ਚੋਟ ਪਹੁੰਚਾਈ ਹੈਗੀ ਇੱਥੇ, ਅਤੇ ਬਚ ਗਈ ਮੇਰੀ ਅੱਖ ਫਿਰ ਵੀ, ਅਤੇ ਹੱਥ ਮੈਂ ਅੱਗੇ ਕਰਨ ਤੋਂ ਮੇਰੇ ਅੱਖ ਬਚਤ ਹੋ ਗਿਆ। ਮੈਂ ਸਮਝਾਉਣ ਗਿਆ ਸੀ, ਮੈਂ ਤਾਂ ਕਿਹਾ ਚਲੋ ਕੋਈ ਗੱਲ ਨਹੀਂ, ਰਾਜੀਨਾਮਾ ਕਰਾਉਣਗੇ ਦੋਨੋਂ ਪਾਰਟੀ ਨੂੰ ਵੀ, ਚਲੋ ਕੋਈ ਨਹੀਂ ਆਪਾਂ ਪੜੋਸ ਰਹਿੰਦੇ ਹਾਂ, ਨਾ ਲੜਿਆ ਜਾਵੇ। ਇਹ ਗਾਂ ਮੰਡੀ ਦੇ ਹੈਗੇ, ਜਿਹਦੇ ਗਾਂ ਮੰਡੀ ਮੇਰੀ ਆਪਦੀ ਦੁਕਾਨ ਹੈਗੀ ਹੈ, ਇਹ ਇਹਨਾਂ ਆਪਸ ਰੋਲਾ ਅੱਗੇ ਵੀ ਕਈ ਵਾਰੀ ਹੋ ਚੁੱਕਿਆ ਅਤੇ ਵਿੱਚ ਫੈਸਲਾ ਵੀ ਹੋ ਚੁੱਕਿਆ। ਇਹਨਾਂ ਦੇ ਹੀ ਬੰਦੇ ਨੇ ਫੈਸਲਾ ਕੀਤਾ ਸੀ ਵੀ ਕਿ ਨਾ ਚਲੋ ਵੀ ਇੱਥੇ ਸੀਟ ਇਹ ਲਾ ਦੇਣਗੇ, ਉਸ ਤੋਂ ਬਾਅਦ ਕੰਮ ਸ਼ੁਰੂ ਹੋਏਗਾ। ਦਰਖਾਸਤ ਦੇ ਦਿੱਤੀ ਗਈ ਜੀ। ਇਹ ਕਹਿੰਦਾ ਵੀ ਰੋਜ਼ ਦੀ ਰੋਜ਼ ਝਗੜਾ ਹੁੰਦਾ, ਪਰ ਇਹਨਾਂ ਦੇ ਖਿਲਾਫ਼ ਕੋਈ ਅਸੀਂ ਵੀ ਕਹਿੰਦੇ ਚੱਲ ਵੀ ਪੜੋਸ ਬੈਠੇ ਨਾ ਰੋਲਾ ਪਵੇ, ਲੇਕਿਨ ਇਹ ਨਹੀਂ ਸਮਝਦੇ ਸੀ, ਇਹ ਹਮੇਸ਼ਾ ਲੜਨ ਨੂੰ ਤਿਆਰ ਰਹਿੰਦੇ ਨੇ। ਅੱਗੇ ਵੀ ਮੰਡੀ 'ਚ ਦੋ ਤਿੰਨ ਜਣਿਆਂ ਨਾਲ ਲੜ ਚੁੱਕੇ ਨੇ, ਪਰ ਜਿਹੜੀ ਇਹ ਆਦਤਾਂ ਜਿਹੜੀ ਗਈਆਂ ਇਹ ਸਾਰੀ ਮੰਡੀ ਨੂੰ ਖਰਾਬ ਕਰਦੀ ਹੈ, ਅਤੇ ਪ੍ਰਸ਼ਾਸਨ ਨੂੰ ਮੰਗ ਹੈਗੀ ਹੈ ਵੀ ਇਹ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਹੈਗਾ ਇਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਐਕਸ਼ਨ ਕੋਈ ਲਿਆ ਜਾਵੇ।
ਇਹ ਸਾਰੀ ਦਿਹਾੜੀ ਹੋ ਗਈ ਅੱਜ ਮਿੱਟੀ ਘੱਟਾ ਉੱਡਦੇ ਨੂੰ। ਮੈਂ ਅਤੇ ਗੁਆਂਢੀ ਅਸੀਂ ਦੋਵੇਂ ਰੋਕਣ ਗਏ, ਅਸੀਂ ਕਿਹਾ ਪੱਲੀ ਪੁੱਲੀ ਲਾ ਲਓ ਬਾਈ, ਕੋਈ ਕੰਮ ਕਰਦੇ ਸਾਰਾ ਦਿਨ ਹੋ ਗਿਆ ਸਾਨੂੰ ਮਿੱਟੀ ਘੱਟਾ ਖਾਂਦੇ ਨੂੰ। ਇਹ ਕਹਿੰਦੇ ਜੀ ਅਸੀਂ ਕੋਈ ਪੱਲੀ ਨਹੀਂ ਲਾਉਣੀ, ਤੁਸੀਂ ਕਰਨਾ ਜੋ ਕਰ ਲਓ, ਸਾਡੇ ਵੱਲੋਂ ਕੁਝ ਨਹੀਂ ਲਾ, ਤੁਸੀਂ ਲਾਣਾ ਲਾ ਲਓ ਨਹੀਂ ਲਾਣਾ, ਇਹ ਮਿੱਟੀ ਐਵੇਂ ਉੱਡੇਗੀ। ਮੁੜ ਕੇ ਉਸ ਤੋਂ ਬਾਅਦ ਸਮਝਾਉਣ ਆਏ ਗੁਆਂਢ ਪ੍ਰਧਾਨ ਜੀ, ਉਹਨਾਂ ਦੇ ਗੱਲ ਪੈ ਗਏ, ਲੜਾਈ ਹੋ ਗਈ, ਹੱਥੋਂ ਬੱਖੀ ਹੋ ਗਈ, ਸਾਰਾ ਕੁਝ ਹੋਇਆ। ਇਹ ਦੋਵੇਂ ਕਹਿੰਦੇ ਜੋ ਕੁਝ ਤੁਹਾਡੇ ਤੋਂ ਹੁੰਦਾ ਸਾਰੀ ਮੰਡੀ ਕਰ ਲਓ, ਅਸੀਂ ਤਾਂ ਐਵੇਂ ਰਹਿਣਾ, ਐਵੇਂ ਚੱਲਣਾ ਸਾਡਾ ਕੰਮ, ਸਾਰਾ ਪ੍ਰੋਗਰਾਮ ਐਵੇਂ ਚੱਲੇਗਾ ਸਾਡਾ। ਅੱਗੇ ਵੀ ਇੱਥੇ ਦੋ ਤਿੰਨ ਵਾਰੀ ਐਵੇਂ ਹੋ ਚੁੱਕਿਆ ਹੈ, ਇਸੇ ਪਿੱਛੇ ਕੰਪਲੇਂਟ ਕਰ ਦਿੱਤੀ ਗਈ ਹੈ ਅਤੇ ਅਸੀਂ ਕਹਿੰਦੇ ਕਾਰਵਾਈ ਕੀਤੀ ਜਾਵੇ, ਇਹ ਰੋਜ਼ ਦੀ ਲੜਾਈ ਸਾਡੀ। ਸਾਡਾ ਬੂਹਾ ਦੇਖੋ ਜੀ, ਅਤੇ ਦਿਨ ਪਹਿਲਾਂ ਮੇਰੇ ਡੈਡੀ ਇਸੇ ਕਾਰਨ ਹੀ ਤਬੀਅਤ ਖਰਾਬ ਹੋ ਗਈ ਉਹਨਾਂ ਦੀ, ਅਤੇ ਉਹਨਾਂ ਨੂੰ ਦਾਖਲ ਕਰਾਇਆ ਗਿਆ DMC ਲੁਧਿਆਣਾ, ਅਤੇ ਅੱਜ ਉਹ ਅੱਜ ਦਾਖਲ ਨੇ DMC ਲੁਧਿਆਣਾ। ਅਤੇ ਇਹ ਆਪਦੀ ਕਰਤੂਤ ਤੋਂ ਬਾਜ਼ ਨਹੀਂ ਆਉਂਦੇ ਕਿ ਕਹਿੰਦੇ ਐਵੇਂ ਚੱਲਣਾ, ਜੋ ਕੁਝ ਹੈ ਸਾਰਾ ਕੁਝ ਮਿੱਟੀ ਘੱਟਾ ਐਵੇਂ ਚੱਲੇਗਾ, ਤੁਸੀਂ ਜੋ ਕਰਨਾ ਕਰ ਲਓ।